जय पाल, जय गुरुदेव, धन गुरुदेव, वाहिगुरु जी का खालसा, वाहिगुरु जी की फतेह। सिकाल जी, न्यू 26 देखने का स्वागत करते हैं। न्यू 26 तो बूटा लदन, जिदा कि समय समय से बंदे अजक जिदा कि नॉलेज मिलनी चाहिए है, जिनी भी नॉलेज लैन को भी घट आ, क्यों साढ़े भरा बहुत वधिया एक उपराला करते हैं, नाटक पेश करते हैं कि समय समय से जिदा भी अजक हडबीतियाँ जिदा कि हो रहे हैं प्रोग्राम, फिल्मों जिदा दिखाया नहीं जाता कि नाटकों के पेश किया जाता जड़ा सच आ। फिल्मों में सच नहीं दिखाया जाता, 90% तुम्हें पता ही मसाला ही लगे आता, उन्होंने छोटी जी गल आती पता चढ़ा के दिखाया जाता कैमरिया के, वो सच्चाई नहीं होंगी। जी सच्चाई होंगी नाटकों के पेश की जाती है, वो जोड़ा सच दिखाते हैं साढ़े मौजूद ने अच्छ डायरैक्टर साहब गलबात करते हैं जोड़े नाटक में एक पेश करते हैं थोड़े सामने। हाँ जी सर जी, थोड़ा स्वागत है चैनल। हाँ जी सर, साड़ी टीम को पहुँचने थोड़ा बहुत बहुत स्वागत करते हैं, अभी तो वेलकम कहने। जिहड़ा तुसी नाटक दिखा रहे हो थोड़े जिहड़ी की इहदा अपना नाम रखे हो? असी टीम प्रगति कला केंद्र इकाई खन्ना चला रहे हैं, उहदे विच असी अपने रहिबरां ते महापुरशां दे मिशन नूं अगे लैके जांदे हां। टीम दे विच तुहाडे नाल किन्ने जिहड़े अपने किन्ने वर्कर काम करदे पए ने? हाँ जी, जिद्दां प्रगति कला केंद्र दे विच 10 तों 12 जणे असी काम करदे, जिहदे विच छोटे बच्चे भी ने, ज़्यादा एज वाले भी ने, ते कहण दा मतलब असी यूथ ज़्यादातर काम करदे। हाँ जी, जिहड़े नाटक ने थोड़े किदां दे विषय उत्ते काम करते, जिद्दां दाज प्रथा हो गई, होर कड़े कड़े विषय ने जिहदे उत्ते तुसीं काम करदे पए? हाँ जी हाँ जी, जिद्दां बेटियां नूं बराबरी दा अधिकार हो गया असी उहदे ते, जां बेटियां नूं पढ़ाई लिखाई दा, जिद्दां उहनां नूं कॉलेज प्लस टू तों बाद तकरीबन बहुत परिवार इदां दे हुंदे ने जिहड़े अपनियां कुड़ियां नूं बेटियां नूं बाहर नहीं भेजदे, उहनां दा डर चक्कण लई वी नाटक खेडदे आ। ਅਤੇ ਉਸ ਤੋਂ ਬਿਨਾਂ ਬਹੁਤ ਜ਼ਿਆਦਾ ਜਿੱਦਾਂ ਦਾਜ ਦਹੇਜ ਦੀ ਗੱਲ ਤੁਸੀਂ ਕੀਤੀ ਹੈ ਨਾ, ਉਹ ਉਸ 'ਤੇ ਅਸੀਂ ਖੁਦ ਵੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹਾਂ ਅਤੇ ਇਹਨਾਂ ਨੂੰ ਲਾਗੂ ਵੀ ਕਰਦੇ ਹਾਂ। ਜਿੱਦਾਂ ਕਿ ਅੱਜ ਤੁਹਾਡੀ ਜਿਹੜੀ ਆਪਣੀ ਸੰਸਥਾ ਜਿਹੜੀ ਤੁਸੀਂ ਨਾਟਕ ਪੇਸ਼ ਕਰਦੇ ਹੋ, ਇੱਕ ਟੀਮ ਬਣਾਈ ਹੋਈ ਹੈ, ਟੀਮ ਤੁਹਾਡੀ ਹੋਰ ਵੀ ਕੋਈ ਕੰਮ ਕਰਦੀ ਪਈ ਹੈ ਜੀ? ਹੈਲੋ, ਹਾਂਜੀ ਸਰ, ਪਹਿਲਾਂ ਤੁਹਾਡੇ ਚੈਨਲ ਇੱਥੇ ਪਹੁੰਚਣ ਦੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਹਾਂਜੀ ਸਰ, ਸਾਡੀ ਟੀਮ ਮਤਲਬ ਜਿੱਦਾਂ ਹੁਣ ਅਸੀਂ ਪਿੰਡਾਂ ਪਿੰਡਾਂ ਵਿੱਚ ਸਕੂਲਾਂ ਵਿੱਚ ਜਾ ਕੇ ਦੇਖਦੇ ਹਾਂ ਵੀ ਜਿਵੇਂ ਹੁਣ ਮਤਲਬ ਕਈ ਬੱਚੇ ਗਰੀਬ ਹੁੰਦੇ ਨੇ, ਜਿਵੇਂ ਕਿ ਉਹਨਾਂ ਕੋਲ ਬੁੱਕਸ ਲੈਣ ਲਈ ਪੈਸੇ ਨਹੀਂ ਹੁੰਦੇ ਹੈਗੇ, ਜਿੱਦਾਂ ਕਿ ਹੁਣ ਸਰਦੀਆਂ ਦਾ ਮੌਸਮ ਸੀਗਾ, ਅਸੀਂ ਪਿੱਛੇ ਜਾ ਕੇ ਮਤਲਬ ਜਿਹੜੇ ਬੱਚਿਆਂ ਕੋਲ ਮਤਲਬ ਪੈਰਾਂ 'ਚ ਪਾਉਣ ਵਾਸਤੇ ਬੂਟ ਨਹੀਂ ਸੀਗੇ, ਅਸੀਂ ਉਹਨਾਂ ਵਾਸਤੇ ਬੂਟ, ਦਸਤਾਨੇ ਅਤੇ ਜਰਸੀ ਵਗੈਰਾ ਦਾ ਅਰੇਂਜਮੈਂਟ ਕੀਤਾ ਸੀਗਾ। ਹਾਂਜੀ, ਪਿੰਡਾਂ ਦੇ ਵਿੱਚ ਜਿਹੜੇ ਆਮ ਗਰੀਬ ਬੱਚੇ ਰਹਿੰਦੇ ਨੇ ਹੈ ਨਾ ਜੀ, ਉਹਨਾਂ ਨੂੰ ਅਸੀਂ ਮਤਲਬ ਸਰਦੀਆਂ ਕਰਕੇ ਬੂਟ ਪ੍ਰੋਵਾਈਡ ਕਰਦੇ ਹਾਂ ਅਤੇ ਬੁੱਕਸ ਵਗੈਰਾ ਬੱਚੇ ਨੂੰ ਪੁੱਛਿਆ ਸੀਗਾ, ਜੇ ਕਿਸੇ ਬੱਚੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਆ ਤਾਂ ਅਸੀਂ ਉਹਨਾਂ ਨੂੰ ਉਹ ਚੀਜ਼ ਉਹਨਾਂ ਤੱਕ ਪਹੁੰਚ ਕਰਦੇ ਹਾਂ ਜੀ। ਜਿੱਦਾਂ ਕਿ ਸਮੇਂ ਸਮੇਂ 'ਤੇ ਜਿਹੜੇ ਬੱਚਿਆਂ ਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਉੱਦਾਂ ਦੇ ਪ੍ਰੋਵਾਈਡ ਕਰਾਉਂਦੇ ਰਹਿੰਦੇ, ਜਿੱਦਾਂ ਬੂਟ ਜਾਏ, ਕੱਪੜੇ ਨੇ, ਕੋਈ ਨਾ ਕੋਈ ਚੀਜ਼ ਦਿੰਦੇ ਰਹਿੰਦੇ, ਨਾਲ ਨਾਲ ਲੋਕ ਭਲਾਈ ਦਾ ਵੀ ਕੰਮ ਕਰਦੀ ਹੈ ਇਹ ਸੰਸਥਾ। ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ। ਹਾਂਜੀ ਸਰ ਜੀ, ਤੁਹਾਡਾ ਸਵਾਗਤ ਸਾਡੇ ਚੈਨਲ ਦੇ ਵਿੱਚ। ਹਾਂਜੀ ਸਰ, ਮੇਰਾ ਨਾਮ ਗੁਰਹੰਟ ਸਿੰਘ ਹੈ ਜੀ। ਹਾਂਜੀ, ਅਤੇ ਮੇਰਾ ਪਿੰਡ ਸਰ ਜੀ ਨਸਰਾਲੀ ਆ, ਅਤੇ ਮੈਂ ਇਸ ਸਮੇਂ ਜੀ ਆਪਣੇ ਮੌਜੂਦਾ ਸਰਪੰਚ ਵੀ ਹਾਂ ਜੀ। ਕਿੰਨਾ ਕੁ ਸਾਲ ਹੋ ਗਏ ਤੁਹਾਨੂੰ ਇਹ ਜਿਹੜਾ ਆਪਣੇ ਨਾਟਕ ਵਗੈਰਾ ਕਰਦੇ ਨੇ? ਮੈਨੂੰ ਸਰ 5 ਸਾਲ ਹੋ ਗਏ ਜੀ। ਹਾਂਜੀ, ਸਾਰੀ ਟੀਮ ਤੁਹਾਡੀ 5 ਸਾਲ ਹੋ ਚੱਲਦੀ ਵੀ ਜਿਹੜੀ ਹੁਣ ਕੱਟੀ ਹੈ? ਹਾਂਜੀ, 5 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੂੰ ਜੀ। ਕਿੰਨਾ ਕੁ ਮਾਣ ਮਹਿਸੂਸ ਹੁੰਦਾ ਤੁਹਾਨੂੰ ਜੀ? ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ, ਲੋਕ ਬੜਾ ਪਿਆਰ ਦਿੰਦੇ ਆ ਜੀ। ਹਾਂਜੀ, ਬਹੁਤ ਵਧੀਆ ਜੀ, ਅਸੀਂ ਜਿਹੜੀ ਸਮਾਜ ਲਈ ਕੰਮ ਕਰਦੇ ਹਾਂ ਅਤੇ ਵੱਖ ਵੱਖ ਪਿੰਡਾਂ ਦੇ ਵਿੱਚ, ਵੱਖ ਵੱਖ ਸ਼ਹਿਰਾਂ ਦੇ ਵਿੱਚ ਅਸੀਂ ਪ੍ਰੋਗਰਾਮ ਕਰਨ ਜਾਂਦੇ ਹਾਂ, ਉਹਨਾਂ ਵੱਲੋਂ ਸਾਨੂੰ ਬੜਾ ਪਿਆਰ ਮਿਲਦਾ ਜੀ। ਹਾਂਜੀ, ਜਿੱਦਾਂ ਕਿ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ, ਇੱਕ ਸਰਪੰਚ ਹੋਣ ਦੇ ਨਾਂ 'ਤੇ ਵੀ ਨਾਲ ਨਾਲ ਨਾਟਕਾਂ ਦੇ ਵਿੱਚ ਵੀ ਇੱਕ ਵਧੀਆ ਜਾਣਕਾਰੀ ਦੇ ਰਹੇ ਨੇ, ਜਿੱਦਾਂ ਕਿ ਜਾਗਰੂਕ ਕਰਦੇ ਪਏ ਨੇ। ਟਾਈਮ ਟਾਈਮ 'ਤੇ ਹਰੇਕ ਬੰਦੇ ਨੂੰ ਜਾਗਰੂਕ ਹੋਣਾ ਚਾਹੀਦਾ, ਕੋਈ ਜਾਗਰੂਕ ਕਰਨਾ, ਇੱਕ ਜਿਵੇਂ ਸ਼ਹੀਦ ਭਗਤ ਸਿੰਘ ਨੇ ਕਿੰਨਾ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਅਤੇ ਜਾਗਰੂਕ ਕਰਦੇ ਰਹੇ ਨੇ। ਛੋਟੇ ਹੁੰਦੇ ਜਿੱਦਾਂ ਕਿ ਆਪਾਂ ਦੀ ਸੋਚਦੇ ਵੀ ਘਰ ਬੰਦੂਕਾਂ ਬੀਜੀਆਂ ਤੀਆਂ ਉਹਨਾਂ ਨੇ, ਤੁਸੀਂ ਦੇਖਦੇ ਹੁੰਦੇ ਦੀ ਉਹ ਨਾਟਕ ਉੱਦਾਂ ਦੀ ਪੇਸ਼ ਕਰਦੇ ਰਹਿੰਦੇ ਨੇ, ਜਾਣਕਾਰੀ ਦਿੰਦੇ ਰਹਿੰਦੇ ਨੇ। ਹੋਰ ਵੀ ਸਾਡੇ ਨਾਲ ਅੱਜ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਅੱਜ ਕੱਲ੍ਹ ਦੀ ਜਿਹੜੇ ਅੱਜ ਕੱਲ੍ਹ ਯੂਥ ਆ, ਜਿੱਦਾਂ ਕਿ ਅੱਜ ਕੱਲ੍ਹ ਕੁੜੀਆਂ ਨੇ, ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਆਪਣੀਆਂ ਲੇਡੀਜ਼ ਭੈਣਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਮੋਬਾਈਲਾਂ ਨੂੰ ਛੱਡ ਕੇ ਕਿਤਾਬਾਂ ਚੁੱਕੋ। ਹਾਂਜੀ, ਕਰਦੇ ਪਏ ਹੋ, ਇਹ ਤੁਹਾਡੀ ਫੈਮਿਲੀ 'ਚ ਪਹਿਲਾਂ ਵੀ ਕੋਈ ਹੈਗਾ ਸੀ? ਹਾਂਜੀ, ਮੇਰੇ ਡਾਇਰੈਕਟਰ ਸਾਹਿਬ ਮੇਰੇ ਬ੍ਰਦਰ ਨੇ ਜੀ, ਇਹਨਾਂ ਨੇ ਹੀ ਮੈਨੂੰ ਇਹ ਲਾਈਨ ਦੇ ਵਿੱਚ ਪਾਇਆ ਜੀ। ਹਾਂਜੀ, ਅਤੇ ਅਸੀਂ ਨਾਟਕਾਂ ਦੇ ਰਾਹੀਂ ਧੀਆਂ ਬਚਾਓ, ਦਹੇਜ ਪ੍ਰਥਾ ਦੇ ਬਾਰੇ ਵੀ ਗੱਲ ਕਰਦੇ ਹਾਂ। ਨਾਟਕਾਂ ਦੇ ਵਿੱਚ ਅਸੀਂ ਲੋਕਾਂ ਨੂੰ ਸਮਾਜਿਕ ਸੇਧ ਦਿੰਦੇ ਹਾਂ ਜੀ, ਅਤੇ ਧਰਮਾਂ ਤੋਂ, ਸਾਰੇ ਧਰਮਾਂ ਤੋਂ ਨਿਰਪੱਖ ਹੋ ਕੇ
ਇਕਜੁੱਟ ਹੋ ਕੇ ਕੰਮ ਕਰਨ ਦੀ ਸੇਧ ਦਿੰਦੇ ਹਾਂ ਜੀ। ਹਾਂਜੀ ਸਰ ਜੀ, ਜਿੱਦਾਂ ਕਿ ਤੁਸੀਂ ਇੱਕ ਬਹੁਤ ਵਧੀਆ ਮੰਡਲੀ ਚਲਾ ਰਹੇ ਹੋ, ਇੱਕ ਟੀਮ ਚਲਾ ਰਹੇ ਹੋ, ਇਹ ਟੀਮ ਦੇ ਤੁਹਾਨੂੰ ਕਿੰਨੇ ਬੰਦੇ ਇੱਕ ਕਹਿੰਦੇ ਹੁੰਦੇ ਅਰੇਂਜਮੈਂਟ ਕਰਨਾ, ਇਕੱਠੇ ਕਰਨਾ, ਇਹ ਕਿੱਦਾਂ ਤੁਸੀਂ ਇਹਨੂੰ ਮੇਨਟੇਨ ਕਰਦੇ ਪਏ? ਸਰ ਸਾਰੇ ਜਾਣੇ ਅਸੀਂ ਆਪੋ ਆਪਣੀ ਡਿਊਟੀਜ਼ ਨਿਭਾਉਂਦੇ ਹਾਂ, ਸਾਰੇ ਆਪੋ ਆਪਣਾ ਨਿੱਜੀ ਲਾਈਫ ਦੇ ਵਿੱਚ ਅਸੀਂ ਕੰਮ ਕਰਦੇ ਹਾਂ। ਟੀਮ ਚਲਾਉਣਾ ਹੈ ਬਹੁਤ ਔਖਾ, ਪਰ ਸਾਰੇ ਜਾਣੇ ਜੇ ਅਸੀਂ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਤਾਂ ਔਖਾ ਵੀ ਸੌਖਾ ਹੋ ਜਾਂਦਾ ਸਾਰਾ ਕੰਮ। ਅਸੀਂ ਸਾਰੇ ਜਾਣੇ ਆਪੋ ਆਪਣੀ ਜ਼ਿੰਮੇਵਾਰੀ ਨਾਲ ਇਸ ਕਾਰਜ ਨੂੰ, ਇਸ ਕੰਮ ਨੂੰ, ਇਸ ਟੀਮ ਨੂੰ ਚਲਾ ਰਹੇ ਹਾਂ। ਜਿਹੜੀ ਟੀਮ ਦੇ ਵਿੱਚ ਜਿੰਨੇ ਵੀ ਤੁਹਾਡੇ ਮੈਂਬਰ ਨੇ ਸਾਰੇ ਇੱਕ ਫੈਮਿਲੀ ਮੈਂਬਰ ਵੀ ਨੇ, ਇਹ ਤੋਂ ਇਲਾਵਾ ਸਾਰਿਆਂ ਦਾ ਆਪਣਾ ਆਪਣਾ ਕਾਰੋਬਾਰ ਆ? ਹਾਂ ਸਰ, ਆਪਾਂ ਆਪਣਾ ਸਾਰਿਆਂ ਦਾ ਕਾਰੋਬਾਰ ਆ ਜੀ। ਸਾਰੇ ਬੰਦੇ ਕੋਈ ਨਾ ਕੋਈ ਆਪਣੇ ਰੋਜ਼ੀ ਰੋਟੀ ਲਈ, ਆਪਣਾ ਪਰਿਵਾਰ ਪਾਲਣ ਲਈ, ਆਪਣੇ ਬੱਚੇ ਪਾਲਣ ਲਈ ਸਾਰੇ ਜਾਣੇ ਕੋਈ ਨਾ ਕੋਈ ਕੰਮ ਕਰਦੇ ਹਾਂ। ਉਸ ਕੰਮ ਤੋਂ ਬਾਅਦ ਦੇ ਵਿੱਚ ਜਿਹੜਾ ਸਮਾਂ ਬਚਦਾ ਉਹ ਅਸੀਂ ਰੰਗਮੰਚ ਨੂੰ ਦਿੰਦੇ ਹਾਂ। ਰੰਗਮੰਚ ਦੇ ਵਿੱਚ ਅਸੀਂ ਚਾਹੇ ਉਹ ਨਾਟਕਾਂ ਦੀ ਗੱਲ ਆ, ਚਾਹੇ ਉਹ ਕੋਰੀਓਗ੍ਰਾਫੀ ਦੀ ਗੱਲ ਆ, ਚਾਹੇ ਉਹ ਕੋਈ ਸਕਿੱਟ ਨੇ, ਉਹ ਅਸੀਂ ਵੱਖ ਵੱਖ ਬਣ ਗਏ ਰਾਹੀਂ ਲੋਕਾਂ ਨੂੰ ਕੋਈ ਨਾ ਕੋਈ ਮੈਸੇਜ ਦਿੰਦੇ ਹਾਂ, ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਇੱਕ ਚੰਗੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਹਦੇ 'ਚ ਜਿੰਨਾ ਕੁ ਸਾਡਾ ਯੋਗਦਾਨ ਹੋ ਸਕਦਾ ਅਸੀਂ ਉਹ ਪਾ ਰਹੇ ਹਾਂ। ਜਿਹੜੀ ਰਿਹਰਸਲ ਵਗੈਰਾ ਤੁਸੀਂ ਟਾਈਮ ਕਿੱਦਾਂ ਕੱਢਦੇ ਪਏ? ਰਿਹਰਸਲ ਸਰ ਦਿਨੇ ਤਾਂ ਅਸੀਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹਾਂ, ਅਤੇ ਉਹ ਰਿਹਰਸਲ ਦਾ ਜਿਹੜਾ ਸਮਾਂ ਉਹ ਅਸੀਂ ਰਾਤ ਦਾ ਰਿਹਰਸਲ ਦਾ ਸਮਾਂ ਰੱਖਦੇ ਹਾਂ। ਨਸਰਾਲੀ ਆ, ਗੁਰਜੱਟ ਨਸਰਾਲੀ ਜੀ ਜਿਹੜੇ ਹੈਗੇ ਨੇ, ਇਹਨਾਂ ਦੇ ਕੋਲ ਅਸੀਂ ਆ ਜਾਂਦੇ ਹਾਂ, ਜਾਂ ਅਸੀਂ ਬੱਬੂ ਜੀ ਦੇ ਪਿੰਡ ਘਨਾਣੀ ਆ ਜਾਂਦੇ ਹਾਂ, ਉੱਥੇ ਸਾਰੇ ਅਸੀਂ ਰਾਤ ਦੇ ਵਿੱਚ ਰਿਹਰਸਲ ਲਾਉਂਦੇ ਹਾਂ। ਰਿਹਰਸਲ ਲਾਉਣ ਤੋਂ ਬਾਅਦ 11-12 ਵਜੇ ਤੱਕ ਰਿਹਰਸਲ ਲਾ ਕੇ ਉਸ ਤੋਂ ਬਾਅਦ ਮੋਰਨਿੰਗ ਫਿਰ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ, ਨਿੱਜੀ ਜ਼ਿੰਦਗੀ ਦੇ ਵਿੱਚ ਫਿਰ ਰੁੱਝ ਜਾਂਦੇ ਹਾਂ ਜੀ। ਜਿੱਦਾਂ ਕਿ ਤੁਸੀਂ ਬੜੀਆਂ ਰਿਹਰਸਲਾਂ ਮਾਰਦੇ ਹੋ, ਰਿਹਰਸਲਾਂ ਮਾਰਨ ਤੋਂ ਬਾਅਦ ਇੱਕ ਨਾਟਕ ਪੇਸ਼ ਕੀਤਾ ਜਾਂਦਾ, ਉਹਦੇ ਵਿੱਚ ਚਾਹੇ ਤਾਂ ਜਦ ਕਹਿੰਦੇ ਪਹਿਲਾਂ ਰਿਹਰਸਲ ਕਰਦੇ ਹਾਂ ਤਾਂ ਉਹ ਪੱਕੇ ਹੁੰਦੇ ਆਪਾਂ ਜੀ ਸਰ। ਹਾਂਜੀ, ਕਿਹੜੀ ਆਪਣੀ ਜਿਹੜੀ ਤੁਹਾਡੀ ਸਟੇਟਾਂ ਦੇ ਵਿੱਚ ਤੁਸੀਂ ਜਾਂ ਆਪਣੇ ਪੰਜਾਬ ਲੈਵਲ ਦੇ ਕਿੱਥੇ ਤੱਕ ਤੁਸੀਂ ਕੰਮ ਕੀਤਾ? ਸਰ ਸਾਰੇ ਪੰਜਾਬ ਦੇ ਵਿੱਚ ਅਸੀਂ ਵੱਖ ਵੱਖ ਜ਼ਿਲ੍ਹਿਆਂ 'ਚ ਵੱਖ ਵੱਖ ਜਗ੍ਹਾ 'ਤੇ ਅਸੀਂ ਜਾ ਕੇ ਆਪਣੀਆਂ ਪੇਸ਼ਕਾਰੀਆਂ ਕਰਦੇ ਹਾਂ, ਚਾਹੇ ਉਹ ਨੁੱਕੜ ਪੇਸ਼ਕਾਰੀਆਂ ਨੇ, ਚਾਹੇ ਉਹ ਸਟੇਜ ਸ਼ੋਅ ਨੇ, ਵੱਖ ਵੱਖ ਵੰਨਗੀਆਂ ਕਰਦੇ ਹਾਂ। ਬਾਕੀ ਜਿਵੇਂ ਹਰਿਆਣਾ ਹੋਇਆ, ਯੂਪੀ ਹੋਇਆ, ਬਿਹਾਰ ਹੋਇਆ, ਜਿੱਥੇ ਵੀ ਕੋਈ ਮਿਸ਼ਨ ਦੀ ਗੱਲ ਆ, ਜਿੱਥੇ ਵੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਗੱਲ ਆ ਉੱਥੇ ਅਸੀਂ ਜਾਂਦੇ ਹਾਂ, ਉੱਥੇ ਜਾ ਕੇ ਆਪਣੀ ਪੇਸ਼ਕਾਰੀ ਕਰਦੇ ਹਾਂ। ਨਾਟਕ ਲਾਈਨ ਕਾਹਤੇ ਚੁਣੀ ਆ, ਕੀ ਕਾਰਨ ਸੀ ਉਹਦਾ? ਸਰ ਨਾਟਕ ਲਾਈਨ ਦੇ ਵਿੱਚ ਮੈਨੂੰ ਮੀਡੀਆ ਦੇ ਵਿੱਚ ਮੈਂ ਆਪਣੀ ਸਟੱਡੀ ਕਰੀ ਆ ਅਤੇ ਹਾਂ, ਜਿੱਦਾਂ ਕਿ ਆਪਣੇ ਨਾਟਕ ਮੰਡਲੀ ਹੈ ਉਹਦੇ ਵਿੱਚ ਛੋਟੇ ਛੋਟੇ ਬੱਚੇ ਵੀ ਨੇ, ਆਪਾਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਛੋਟੀ ਸਾਡੇ ਨਾਲ ਗੁੜੀਆ ਨਿੱਕੀ ਜੀ ਮੁੰਨੀ। ਮੇਰਾ ਨਾਮ ਦਿਲਪ੍ਰੀਤ ਕੌਰ ਹੈ, ਮੈਂ ਮੇਰੇ ਪਿੰਡ ਨਾਟਕ ਹੁੰਦੇ ਸੀ ਅਤੇ ਟੀਮ ਸਾਡੇ ਪਿੰਡ ਨਾਟਕ ਕਰਨ ਆਉਂਦੀ ਸੀ ਅਤੇ ਮੈਨੂੰ ਇਹਨਾਂ ਦੇ ਨਾਟਕ ਬਹੁਤ ਵਧੀਆ ਲੱਗੇ, ਇਸ ਲਈ ਮੈਂ ਵੀ ਇਹਨਾਂ ਦੇ ਨਾਲ ਜੁੜ ਗਈ। ਕਿਹੜਾ ਪਿੰਡ? ਮੇਰਾ ਪਿੰਡ ਜੀ ਰਤਨਹੇੜ। ਕਿਹੜਾ ਨਾਟਕ ਤੁਹਾਡੇ ਪਿੰਡ ਜਿਹੜਾ ਪੇਸ਼ ਹੋਇਆ ਜਿੱਥੇ ਤੁਹਾਨੂੰ ਵਧੀਆ ਲੱਗਿਆ, ਰੁਚੀ ਤੁਹਾਡੀ ਇੱਧਰ ਨੂੰ ਹੋਈ? ਤੁਹਾਡੀ ਉਮਰ ਤਾਂ ਇਹ ਖੇਡਣ ਦੀ ਆ, ਪੜ੍ਹਨ ਦੀ ਆ ਤੇ ਮੋਬਾਈਲ ਤੇ ਗੇਮ ਖੇਡਣ ਦੀ ਆ, ਤੁਹਾਨੂੰ ਨਾਟਕਾਂ ਵੱਲ ਰੁਚੀ ਕਾਹਤੇ ਹੋਈ? ਮੈਨੂੰ ਗੇਮਾਂ ਨਹੀਂ ਵਧੀਆ ਲੱਗਦੀਆਂ। ਅੱਛਾ, ਤੋ ਨਾਟਕ ਬਾਰੇ ਦੇਖਦੇ ਰਹਿੰਦੇ ਹੋ ਟੀਵੀ ਤੇ? ਹਾਂਜੀ। ਤੁਸੀਂ ਨਾਟਕ ਦੇ ਵਿੱਚ ਕਿਹੜਾ ਰੋਲ ਤੁਸੀਂ ਨਿਭਾ ਰਹੇ ਹੋ? ਮੈਂ ਇੱਕ ਬੱਚੇ ਦਾ ਰੋਲ ਨਿਭਾ ਰਹੀ ਹਾਂ। ਕੀ ਬੱਚੇ ਰੋਲ ਦੇ ਵਿੱਚ ਕਿੱਦਾਂ ਦਾ ਤੁਸੀਂ ਸੀਨ ਕਰਦੇ ਹੋ? ਮੈਂ ਇੱਕ ਬੱਚੀ ਬਣਦੀ ਹਾਂ ਅਤੇ ਮੇਰੇ ਮਾਂ ਔਰ ਪਿਤਾ ਬਣਦੇ ਹਾਂ। ਆਪਣੀ ਟੀਮ ਇਹਦੀ ਬਹੁਤ ਵਧੀਆ ਚੱਲਦੀ, ਉਹਦੇ ਵਿੱਚ ਛੋਟੇ ਛੋਟੇ ਬੱਚੇ ਵੀ ਹਿੱਸੇ ਲੱਗ ਰਹੇ ਨੇ, ਉਹਨੂੰ ਛੋਟੇ ਛੋਟੇ ਬੱਚੇ ਜਿਹੜਾ ਕਿ ਬੱਚਿਆਂ ਦੀ ਖੇਡਣ ਦੀ ਉਮਰ ਹੁੰਦਾ, ਆਪਾਂ ਪੁੱਛਦੇ ਹਾਂ ਉਹਨਾਂ ਨੂੰ ਵੀ ਨਾਟਕ ਦੇ ਵਿੱਚ ਉਹਦੀ ਰੁਚੀ ਕਿੱਥੋਂ ਆਈ? ਹਾਂਜੀ ਬੇਟਾ ਜੀ, ਤੁਹਾਡਾ ਨਾਂ ਕੀ ਆ? ਮੇਰਾ ਨਾਮ ਦਿਲਪ੍ਰੀਤ ਕੌਰ ਹੈ, ਮੈਂ 6ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਇਹ ਟੀਮ ਸਾਡੇ ਪਿੰਡ ਨਾਟਕ ਖੇਡਣ ਆਈ ਸੀ ਅਤੇ ਮੈਨੂੰ ਇਹਨਾਂ ਦੇ ਨਾਟਕ ਬਹੁਤ ਚੰਗੇ ਲੱਗੇ, ਇਸ ਕਰਕੇ ਮੈਂ ਵੀ ਇਹਨਾਂ ਨਾਲ ਸ਼ਾਮਿਲ ਹੋ ਗਈ। ਅੱਛਾ, ਤੁਹਾਨੂੰ ਮੋਬਾਈਲ 'ਤੇ ਗੇਮ ਖੇਡਣੀ ਨਹੀਂ ਵਧੀਆ ਲੱਗੀ? ਨਾ ਜੀ, ਮੈਨੂੰ ਮੋਬਾਈਲ 'ਤੇ ਗੇਮ ਖੇਡਣੀ ਨਹੀਂ ਵਧੀਆ ਲੱਗੀ। ਖੇਡਦੇ ਵੀ ਕਦੇ ਕਦੇ? ਨਾ ਜੀ, ਕਦੇ ਨਹੀਂ, ਇੱਕ ਦੋ ਵਾਰ ਖੇਡ। ਕਿੱਦਾਂ ਸੀਨ ਕਰਦੇ ਇਹਦੇ ਵਿੱਚ? ਮੈਂ ਇੱਕ ਭਰਾ ਦੇ ਰੱਖੜੀ ਬੰਨਣ ਦਾ ਰੋਲ ਕਰਦੀ ਹਾਂ ਅਤੇ ਕੁੜੀਆਂ 'ਚ ਫਰਕ ਨੂੰ ਮਿਟਾਉਣਾ ਚਾਹੁੰਦੀ ਹਾਂ। ਜਿੱਦਾਂ ਕਿ ਮੁੰਡੇ ਦੇ ਕੁੜੀ ਦੇ ਵਿੱਚ ਫਰਕ ਰੱਖਿਆ ਜਾਂਦਾ, ਛੋਟੀ ਜਿਹੀ ਬੱਚੀ ਆ, ਆਪਾਂ ਉਮਰ ਪੁੱਛੇ ਤਾਂ ਕਿੰਨੀ ਆ, ਅਤੇ ਬਹੁਤ ਵਧੀਆ ਨਾਟਕ ਦੇ ਵਿੱਚ ਇੱਕ ਰੋਲ ਅਦਾ ਕਰਦੀ ਆ, ਜਿਹੜਾ ਫਰਕ ਅੱਜ ਕੱਲ੍ਹ ਰੱਖਿਆ ਜਾਂਦਾ ਕੁੜੀਆਂ ਦੇ ਵਿੱਚ, ਮੁੰਡਿਆਂ ਅਤੇ ਕੁੜੀਆਂ ਦੇ ਵਿੱਚ, ਉਹ ਫਰਕ ਨੂੰ ਇਹ ਦੂਰ ਕਰਦੀ ਆ, ਨਾਟਕ ਦੇ ਵਿੱਚ ਇੱਕ ਪੇਸ਼ ਅਲੱਗ ਤੋਂ ਦਿਖਾਇਆ ਜਾਂਦਾ। ਹਾਂ ਬੱਚੇ, ਜਿਹੜਾ ਤੁਹਾਡੀ ਉਮਰ ਕਿੰਨੀ ਆ? ਮੇਰੀ ਉਮਰ 10 ਸਾਲ ਦੀ ਹੈ। 10 ਸਾਲ ਦੀ ਉਮਰ? ਹਾਂਜੀ, ਹੁਣ ਵੀ ਟਾਈਮ ਆ ਜੀ, ਕਹਿੰਦੇ ਆ ਬੱਚੇ ਤੋਂ ਸਿੱਖਣਾ ਚਾਹੀਦਾ, ਇੱਕ ਸੇਧ ਲੈਣੀ ਚਾਹੀਦੀ ਆ, ਜਿਹੜਾ ਫਰਕ ਆ ਇਹ ਕੁੜੀਆਂ 'ਚ ਰੱਖਣਾ ਨਹੀਂ ਚਾਹੀਦਾ ਹੈਗਾ। ਜਿੱਦਾਂ ਕਿ
ये टीम बहुत वधिया काम करती पी है, जिदा कि जागरूक किया जिदा धरने लगे हुए हैं किसान अपने किसान भरावां दे दिल्ली दे विच, उत्थे टीम नहीं जा सकी। जिदा कि अपने टूल प्लाजा दे होर भी कई जगह ने जिते पिंडा दे विच जिवें छोटे छोटे जागरूक किया गया बच्चों नूं जिदा बजुर्गों नूं भी उन्हां नूं पता लगे भी की है किसानी संघर्ष, उहदे वरके टाइम टाइम ते जागरूक करते रहे ने ते हुण भी जागरूक करते ने। जी सर जी, जिहड़ी तुसीं नाटक लाइन चुनी आ इहदा कारण की है? सर नाटक लाइन चुनने का मेरा निजी कारण मेरा अपना ही सीगा कि क्योंकि मैं मीडिया दे विच स्टडी करी है जर्नलिज्म दे विच बैचलर डिग्री, पर उहदे विच थ्योरी ज़्यादा सिखाई जाती है, थ्योरी नूं ज़्यादा प्रेफरेंस मिलती है, तो मैं कुछ प्रैक्टिकल भी करना चाहता सीगा क्योंकि जे मैं किसी बंदे दे नाल किसी सैलीब्रिटी दे नाल इंटरव्यू करना तो पहले मैं इदा हुंदा सी कि सैलीब्रिटी हुंदे किदां दे ने, इन्हां दा कम किदां दा हुंदा, सो इस करके मैं वह कम सीखण दे लई स्टेज का कम सीखण दे लई इस लाइन नूं चुनिया नाटक टीम ने, तो इस दे नाल मैनूं बहुत ज़्यादा प्रेफरेंस मिली। तो यूनिवर्सिटी दे विच जो मेरा मीडिया का रोल सी इसने मैनूं उस रोल तो तीन गुणा अगे करिया। ਹੁਣ ਤੁਸੀਂ ਕਿੰਨੇ ਕੁ ਨਾਟਕ ਆਪਣੇ ਕਰ ਚੁੱਕੇ ਹੋ ਹੁਣ ਤੱਕ? ਸਰ ਨਾਟਕ ਅਸੀਂ ਸਰਹੱਦਾਂ ਹੋਰ ਵੀ ਨੇ, ਮਿੱਟੀ ਰੁਦਨ ਕਰੇ, ਪੰਡਿਤ ਬਲਾਕੀ ਰਾਮ, ਅਤੇ ਹੁਣੀ ਅਸੀਂ ਡਾਕਟਰ ਸੋਮਪਾਲ ਹੀਰਾ ਜੀ ਦਾ ਜੋ ਨਾਟਕ ਲਿਖੇਗਾ ਕਿਸਾਨੀ ਮੁੱਦੇ 'ਤੇ, ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ, ਇਹ ਅਸੀਂ ਹਰੇਕ ਟੂਲ ਟੈਕਸ 'ਤੇ ਹਰੇਕ ਧਰਨੇ 'ਤੇ ਆਪਣੀ ਜਿਹੜੀ ਸੇਵਾ ਆਪਣਾ ਜਿਹੜਾ ਸੀਗਾ ਯੂਨੀਵਰਸਿਟੀਆਂ ਦਾ ਸਾਰਾ ਕੰਮ ਕਾਰ ਛੱਡ ਕੇ, ਕਿਉਂਕਿ ਸਾਨੂੰ ਲੱਗਦਾ ਸੀਗਾ ਕਿ ਸਾਡੀ ਜਿਹੜੀ ਅਸੀਂ ਕਲਾਕਾਰ ਹਾਂ ਤਾਂ ਅਸੀਂ ਧਰਨੇ 'ਤੇ ਤਾਂ ਨਹੀਂ ਜਾ ਸਕਦੇ ਹੈਗੇ, ਪਰ ਇਸ ਦੇ ਵਿੱਚ ਅਸੀਂ ਆਪਣੀ ਕਲਾਕਾਰੀ ਦੇ ਰਾਹੀਂ ਅਸੀਂ ਉਹ ਨਾਟਕ ਦੇ ਰਾਹੀਂ ਅਸੀਂ ਸਾਡੇ ਦੋਸਤਾਂ ਨੂੰ ਜੋ ਸਾਡੇ ਪਿੰਡ ਦੇ ਯੂਥ ਆ ਜਾਂ ਵਰਕਰ ਨੇ ਉਹਨਾਂ ਨੂੰ ਜਾਗਰੂਕ ਕਰੀਏ, ਅਤੇ ਅਸੀਂ ਇਹ ਵੀ ਦੱਸਾਂਗੇ ਕਿ ਉਹਨਾਂ ਨਾਟਕਾਂ ਦੇ ਵਿੱਚ ਅਸੀਂ ਕਦੇ ਵੀ ਕਿਸੇ ਤੋਂ ਕੋਈ ਪੈਸਾ। ਹਾਂਜੀ ਸਰ, ਅਸੀਂ ਆਪਣੇ ਵੱਲੋਂ ਕਹਿੰਦੇ ਹਾਂ ਜੇ ਕੋਈ ਵੀ ਸਾਡੀ ਸੋਚ ਨਾਲ ਜੁੜਨਾ ਚਾਹੁੰਦਾ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ, ਭਗਤ ਸਿੰਘ ਦੀ ਵਿਚਾਰਧਾਰਾ ਜਾਂ ਹੋਰ ਜਿੰਨੀਆਂ ਵੀ ਸਮਾਜਿਕ ਕ੍ਰਿਤੀਆਂ ਨੂੰ ਪਰੇ ਕਰਨ ਲਈ ਦੂਰ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਰਹਿਬਰ ਨੇ ਸਹਿਯੋਗ ਪਾਇਆ, ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਅੱਗੇ ਲੋਕਾਂ ਤੱਕ ਲੈ ਕੇ ਜਾਂਦੇ ਹਾਂ। ਜੇ ਕੋਈ ਵੀ ਸਾਥੀ ਸਾਡੀ ਟੀਮ ਨਾਲ ਜੁੜਨਾ ਚਾਹੁੰਦਾ ਅਸੀਂ ਉਹਦਾ ਵੈਲਕਮ ਕਰਦੇ ਹਾਂ, ਕਿਉਂਕਿ ਅਸੀਂ ਕਹਿੰਦੇ ਹਾਂ ਹਰ ਘਰ ਦੇ ਵਿੱਚ ਭਗਤ ਸਿੰਘ ਪੈਦਾ ਹੋਣ, ਹਰ ਘਰ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਪੈਦਾ ਹੋਵੇ। ਅਸੀਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ, ਕਿਸੇ ਨੇ ਵੀ ਸਾਡੀ ਟੀਮ ਨੂੰ ਬੁਲਾਉਣਾ ਹੋਵੇ ਅਸੀਂ ਆਉਣ ਲਈ ਤਿਆਰ ਹਾਂ, ਜਦੋਂ ਵੀ ਹਰ ਵੇਲੇ ਦਿਨ ਰਾਤ ਕਿਸੇ ਵੀ ਟਾਈਮ। ਬਹੁਤ ਬਹੁਤ ਧੰਨਵਾਦ ਜੀ, ਨਿਊ 26 ਦੇਖ ਰਹੇ ਹਾਂ, ਨਿਊ 26 ਤੋਂ ਬੂਟਾ ਦਿੱਤਾ, ਨਿਊ 26 ਖੰਨਾ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।